ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਦੁਪਹਿਰ ਸਮੇਂ ਸਕੂਲ ਵਿੱਚ ਖਾਣਾ ਦਿੱਤਾ ਜਾਂਦਾ ਹੈ। ਮਿਡ ਡੇ ਮੀਲ ਦੇ ਇਹ ਖਾਣੇ ਦਾ ਜਾਇਜ਼ਾ ਲੈਣ ਦੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ 'ਤੇ ਧੂਰੀ ਹਲਕੇ ਦੇ ਪਿੰਡ ਭੁੱਲਰਹੜੀ ਦੇ ਸਰਕਾਰੀ ਸਕੂਲ ਪਹੁੰਚੇ, ਜਿੱਥੇ ਉਹਨਾਂ ਨੇ ਬੱਚਿਆਂ ਨਾਲ ਬਹਿ ਕੇ ਖਾਣਾ ਖਾਧਾ ਅਤੇ ਬੱਚਿਆਂ ਤੋਂ ਇਸ ਦਾ ਫੀਡਬੈਕ ਵੀ ਲਿਆ। ਇਸ ਦੇ ਨਾਲ ਹੀ ਬੱਚਿਆਂ ਨੂੰ ਮਿਡ ਡੇ ਮੀਲ ਦੇ ਨਾਲ ਨਾਲ ਫਰੂਟ ਦੇਣ ਦੀ ਵੀ ਸ਼ੁਰੂਆਤ ਕੀਤੀ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਡ ਡੇ ਮੀਲ ਦੇ ਨਾਲ ਬੱਚਿਆਂ ਨੂੰ ਮੌਸਮੀ ਫਲ ਵੀ ਹੁਣ ਦਿੱਤੇ ਜਾਣੇ ਹਨ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਾਰੇ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਖਾਣੇ ਤੋਂ ਬਾਅਦ ਮੌਸਮੀ ਫਰੂਟ ਦਿੱਤੇ ਜਾਣਗੇ। ਇਸ ਮੌਕੇ ਬੱਚੇ ਵੀ ਡਿਪਟੀ ਕਮਿਸ਼ਨਰ ਨੂੰ ਆਪਣੇ ਨਾਲ ਖਾਣਾ ਖਾਂਦਾ ਦੇਖ ਬੇਹੱਦ ਖੁਸ਼ ਹੋਏ ਅਤੇ ਬੱਚਿਆਂ ਨੇ ਆਪਣੇ ਦਿਲ ਦੀਆਂ ਗੱਲਾਂ ਵੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨਾਲ ਕੀਤੀਆਂ। ਜੀ, ਅੱਜ ਮੈਂ ਪਿੰਡ ਭੁੱਲਰਹੜੀ ਦੇ ਵਿੱਚ ਆਇਆ। ਇੱਥੇ ਮਿਡ ਡੇ ਮੀਲ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨਾਲ ਮੈਂ ਖਾਣਾ ਵੀ ਖਾਂਦਾ, ਕੁਆਲਿਟੀ ਵੀ ਚੈੱਕ ਕੀਤੀ, ਬੱਚਿਆਂ ਤੋਂ ਫੀਡਬੈਕ ਵੀ ਲਿੱਤਾ ਕਿ ਮਿਡ ਡੇ ਮੀਲ ਦੇ ਵਿੱਚ ਉਹਨਾਂ ਨੂੰ ਖਾਣਾ ਰੈਗੂਲਰਲੀ ਮਿਲ ਰਿਹਾ ਹੈ ਜਾਂ ਨਹੀਂ, ਕਿਸ ਕੁਆਲਿਟੀ ਦਾ ਮਿਲ ਰਿਹਾ, ਅਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦਾ ਵਿਜ਼ਨ ਸੀਗਾ ਕਿ ਫਰੂਟ ਮਿਲਣੇ ਚਾਹੀਦੇ ਹੈ, ਉਹ ਵੀ ਮਿਲ ਰਿਹਾ ਨਹੀਂ, ਅਤੇ ਫਿਰ ਉਹਨਾਂ ਨੇ ਬੱਚਿਆਂ ਨੇ ਜਿਹੜਾ ਹੈਗਾ ਪੋਜ਼ੀਟਿਵ ਇੱਕ ਫੀਡਬੈਕ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਪਹਿਲਾਂ ਜਿਹੜੇ ਸੀਗੇ ਸੀਜ਼ਨਲ ਫਰੂਟ ਉਹਨਾਂ ਨੂੰ ਕਿੰਨੂ ਵੀ ਮਿਲਿਆ ਸੀਗਾ, ਹੁਣ ਜਿਹੜੇ ਹੈਗੇ ਬਨਾਨਾ ਕੇਲੇ ਵੀ ਮਿਲ ਰਹੇ ਹੈਗੇ ਅਤੇ ਅਗਲੇ ਹਫ਼ਤੇ ਜਿਹੜਾ ਹੈਗਾ ਅੰਬ ਵੀ ਮਿਲਣਗੇ। ਅਤੇ ਨਾਲ ਹੀ ਬੱਚਿਆਂ ਤੋਂ ਪੁੱਛਿਆ ਗਿਆ ਕਿ ਕੰਪਿਊਟਰ ਲੈਬਸ ਜਿਹੜੀ ਫੈਸਿਲਿਟੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹ ਕਿੰਨੇ ਪੀਰੀਅਡਸ ਜਿਹੜੇ ਨੇ ਲੱਗ ਰਹੇ ਹੈਗੇ, ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ 4 ਪੀਰੀਅਡ ਰੈਗੂਲਰ ਲੱਗ ਰਹੇ ਹੈ ਅਤੇ ਉਹਨਾਂ ਨੂੰ ਜਿਹੜਾ ਕੰਪਿਊਟਰ ਦੇ ਵੀ ਜਿਹੜੀ ਹੈਗੀ ਟੀਚਿੰਗ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਤੋਂ ਇਹ ਵੀ ਫੀਡਬੈਕ ਲਿੱਤਾ ਗਿਆ ਕਿ ਕਿਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਤਾਂ ਨਹੀਂ ਹੈ, ਇੱਕ ਅੱਧ ਜਿਹੜੇ ਹੈਗੇ ਸੁਝਾਅ ਬੱਚੇ ਵੱਲੋਂ ਕੁਝ ਡਿਮਾਂਡ ਰੱਖੀ ਗਈ ਉਹ ਡੈਫੀਨੇਟਲੀ ਅਸੀਂ ਪੂਰੀ ਕਰਾਂਗੇ, ਅਤੇ ਨਾਲ ਹੀ ਉਹਨਾਂ ਵੱਲੋਂ ਇਹ ਵੀ ਸਹਿਮਤੀ ਪ੍ਰਗਟਾਈ ਗਈ ਹੈ ਕਿ ਟੀਚਰਸ ਵੱਲੋਂ ਜਿਹੜੀ ਹੈਗੀ ਕੁਆਲਿਟੀ ਐਜੂਕੇਸ਼ਨ ਜਾ ਰਹੀ ਹੈ। ਇੰਟਰੈਕਸ਼ਨ ਵੀ ਕੀਤਾ ਗਿਆ ਬੱਚਿਆਂ ਨਾਲ ਕਿ ਕੁਛ ਉਹਨਾਂ ਨੂੰ ਜਿਹੜੀ ਹੈਗੀ ਪੜ੍ਹਾਈ ਦੇ ਵੀ ਸਹੂਲਤ ਚਾਹੀਦੀ ਹੈ, ਉਹ ਅਸੀਂ ਡੈਫੀਨੇਟਲੀ ਕਰਾਂਗੇ। ਜੀ ਬਿਲਕੁਲ, ਦੇਖੋ ਜੀ, ਨਿਊਟ੍ਰੀਸ਼ਨ ਦੇ ਨਾਲ ਜਿਹੜੀ ਸਟੰਟਿੰਗ ਅਤੇ ਮੈਲ ਨਿਊਟ੍ਰੀਸ਼ਨ ਵਾਲੀ ਜਿਹੜੀ ਗੱਲ ਹੈ ਉਹ ਕਾਫੀ ਪ੍ਰੀਵੈਲੈਂਟ ਕਾਫੀ ਥਾਵਾਂ 'ਤੇ ਦੇਖੀ ਜਾਂਦੀ ਹੈ। ਇਸ ਦੇ ਤਹਿਤ ਅਸੀਂ ਲਾਸਟ ਈਅਰ ਜਿਹੜਾ ਹੈਗਾ, ਜਿਵੇਂ ਤੁਸੀਂ ਸਾਰਿਆਂ ਦੇ ਰਾਹੀਂ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਸੀਗੀ ਅਨੀਮੀਆ ਮੁਕਤ ਸੰਗਰੂਰ ਦੀ, ਜਿਹਦੇ ਵਿੱਚ ਕਾਫੀ ਪੋਜ਼ਿਟਿਵ ਰਿਜ਼ਲਟਸ ਵੀ ਸਾਡੇ ਸਲੈਕਟਿਵ ਜਿਹੜੇ ਸਕੂਲ ਸੀਗੇ ਆਪਾਂ ਦੂਰੀ ਬਲੋਕ ਦੇ ਹੀ ਲਿੱਤੇ ਸੀਗੇ, ਉਹਦੇ ਵਿੱਚ 90% ਤੋਂ ਵੱਧ ਜਿਹੜੇ ਸੀਗੇ ਆਪਾਂ ਪੋਜ਼ਿਟਿਵ ਬੈਨੀਫਿਟਸ ਉੱਥੇ ਦੇਖੇ ਸੀ। ਆਪਾਂ ਅੱਜ ਵੀ ਦੇਖਿਆ ਕਿਚਨ ਗਾਰਡਨ ਜਿਹੜੇ ਨੇ ਆਪਣੇ ਮੈਕਸੀਮਮ ਸਕੂਲਸ ਦੇ ਵਿੱਚ ਜਿਹੜਾ ਹੈਗਾ ਆਲਰੇਡੀ ਬਣ ਚੁੱਕਿਆ ਹੈ, ਅਤੇ ਬੱਚਿਆਂ ਤੋਂ ਅੱਜ ਪੁੱਛਿਆ ਵੀ ਗਿਆ ਕਿ ਅਨੀਮੀਆ ਦੀ ਟੈਬਲੇਟ ਉਹਨਾਂ ਨੂੰ ਮਿਲਦੀ ਹੈ ਜਾਂ ਨਹੀਂ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਹਰ ਵੈਡਨਸਡੇ ਉਹਨਾਂ ਨੂੰ ਅਨੀਮੀਆ ਦੀ ਟੈਬਲੇਟ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਅਤੇ ਇਹ ਸਾਰੇ ਜਿਵੇਂ ਜਦੋਂ ਤੱਕ ਆਪਣਾ ਇੱਕ ਨਿਊਟ੍ਰੀਸ਼ਨ ਹੋਲਸਮ ਨਹੀਂ ਹੋਏਗਾ, ਖਾਣੇ ਦੇ ਨਾਲ ਜਿਹੜੇ ਮਾਈਕਰੋ ਨਿਊਟ੍ਰੀਐਂਟਸ ਨੇ ਜਿਹੜੇ ਵਾਈਟਾਮਿਨਸ ਨੇ ਜਿਹੜੇ ਫਰੂਟਸ ਦੇ ਰਾਹੀਂ ਮਿਲਦੇ ਹਨ, ਜਦੋਂ ਨਹੀਂ ਮਿਲਣਗੇ ਉਹ ਕੰਪਲੀਟ ਸਾਈਕਲ ਇੱਕ ਨਹੀਂ ਬਣਦੀ। ਨਾਲ ਜਿਹੜੀ ਫੋਲਿਕ ਐਸਿਡ ਦੀ IFA ਟੈਬਲੇਟ ਆਪਾਂ ਜਿਹਨੂੰ ਕਹਿੰਦੇ ਆਇਰਨ ਫੋਲਿਕ ਐਸਿਡ ਟੈਬਲੇਟ, ਉਹ ਵੀ ਜਦੋਂ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਤਾਂ ਉਹਦਾ ਅਪਟੇਕ ਵੀ ਜਿਹੜਾ ਹੈਗਾ ਇਨਸ਼ੋਰ ਕਰਨਾ ਹੁੰਦਾ, ਅਤੇ ਉਹ ਅਪਟੇਕ ਵੀ ਅਸੀਂ ਇਨਸ਼ੋਰ ਕਰੇ, ਡੈਫੀਨੇਟਲੀ ਜਿਹੜਾ ਹੈਗਾ ਇੱਕ ਨਿਊਟ੍ਰੀਸ਼ਨ ਜਿਹੜੇ ਚਾਰੋਂ ਕੋਰਨਰਸ ਹੈ ਉਹਦੇ ਉਹ ਅਸੀਂ ਪੂਰੇ ਕਰ ਰਹੇ ਹਾਂ। ਸਕੂਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਮਿਡ ਡੇ ਮੀਲ ਦੇ ਨਾਲ ਫਰੂਟ ਦੇਣ ਦਾ ਜੋ ਪ੍ਰਸਤਾਵ ਹੈ ਉਹਦਾ ਅੱਜ ਉਦਘਾਟਨ ਕਰਨ ਵਾਸਤੇ ਬੱਚਿਆਂ ਨੂੰ ਉਹ ਆਏ ਸੀਗੇ, ਤਾਂ ਬੱਚਿਆਂ ਦੇ ਨਾਲ ਬੈਠ ਕੇ ਉਹਨਾਂ ਨੇ ਖਾਣਾ ਖਾਧਾ ਅਤੇ ਬੱਚਿਆਂ ਨੂੰ ਪੁੱਛਿਆ ਵੀ ਕਿ ਤੁਹਾਡਾ ਖਾਣਾ, ਤਾਂ ਖਾਣਾ ਬੜਾ ਵਧੀਆ ਸੀਗਾ ਅਤੇ ਫਰੂਟ ਹੈ ਜਿਹੜਾ ਉਹਨਾਂ ਨੇ ਬੱਚਿਆਂ ਨੂੰ ਪੁੱਛਿਆ ਵੀ ਤੁਹਾਨੂੰ ਮਿਲ ਰਿਹਾ, ਬੱਚੇ ਕਹਿੰਦੇ ਸਾਨੂੰ ਮਿਲ ਰਿਹਾ ਲਗਾਤਾਰ, ਤਾਂ ਸਰਦੀਆਂ ਸਾਨੂੰ ਕਿੰਨੂ ਮਿਲਦਾ ਸੀਗਾ, ਹੁਣ ਸਾਨੂੰ ਕੇਲਾ ਅਤੇ ਹੁਣ ਅਗਲੇ ਵੀਕ ਦੇ ਵਿੱਚ ਜਿਹੜਾ ਹੈ ਉਹ ਸਾਨੂੰ ਮੈਂਗੋ ਬਾਰੇ ਸਾਨੂੰ ਦੱਸਿਆ ਗਿਆ ਵੀ ਉਹ ਤੁਹਾਨੂੰ ਮਿਲੂਗਾ। ਜੀ ਹਾਂਜੀ, ਇੱਕ ਵਾਰ ਵਿੱਚ ਦੀ ਇਹ ਬੰਦ ਹੋ ਗਿਆ ਸੀਗਾ, ਤਾਂ ਹੁਣ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਦੁਬਾਰਾ ਪ੍ਰਸਤਾਵ ਰੱਖਿਆ ਗਿਆ ਜਿਹੜਾ ਕਿ ਬਹੁਤ ਹੀ ਵਧੀਆ, ਤਾਂ ਇਹਦੇ ਨਾਲ ਅਸੀਂ ਸਮਝਦੇ ਹਾਂ ਵੀ ਬੱਚਿਆਂ ਨੂੰ ਨਿਊਟ੍ਰੀਐਂਟ ਜਿਹੜੇ ਚਾਹੀਦੇ ਨੇ ਉਹ ਪ੍ਰੋਪਰ ਫਰੂਟ ਤੋਂ ਮਿਲ ਸਕਦੇ ਨੇ, ਕਿਉਂਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਫਰੂਟ ਅਵੇਲੇਬਲ ਨਹੀਂ ਹੋ ਰਿਹਾ ਆਪਾਂ ਸਾਰੇ ਜਾਣਦੇ ਹਾਂ, ਤਾਂ ਇਹਦੇ ਨਾਲ ਬੱਚਿਆਂ ਦੀ ਸਿਹਤ ਬਹੁਤ ਵਧੀਆ ਹੋ ਗਈ, ਬਹੁਤ ਵਧੀਆ ਕਦਮ ਹੈ ਸਰਕਾਰ ਦਾ।
ਅਚਨਚੇਤ ਸਰ ਦਾ ਇੱਥੇ ਦੌਰਾ ਸੀ ਸਕੂਲ ਦੇ ਵਿੱਚ, ਤਾਂ ਸਰ ਨੇ ਆ ਕੇ ਮਿਡ ਡੇ ਮੀਲ ਦੇ ਵਿੱਚ ਬੱਚਿਆਂ ਦੇ ਨਾਲ ਬੈਠ ਕੇ ਖਾਣਾ ਖਾਇਆ। ਸਾਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਈਵਨ ਕਿ ਬੱਚੇ ਵੀ ਬਹੁਤ ਖੁਸ਼ ਸੀ ਕਿ ਅੱਜ ਇੰਨੇ ਵੱਡੇ ਜਿਹੜੇ ਔਫਿਸਰ ਨੇ ਉਹ ਸਾਡੇ ਵਿੱਚ ਬੈਠ ਕੇ ਖਾਣਾ ਖਾ ਰਹੇ ਨੇ, ਅਤੇ ਖਾਣੇ ਦੀ ਬੜੀ ਸਰ ਤਾਰੀਫ ਕਰਕੇ ਗਏ ਨੇ ਵੀ ਖਾਣਾ ਬਹੁਤ ਵਧੀਆ ਬਣਿਆ ਹੋਇਆ ਸੀ। ਕਿਚਨ ਗਾਰਡਨ ਵਿਜਿਟ ਕੀਤਾ, ਕਿਚਨ ਗਾਰਡਨ 'ਚ ਉਹਨਾਂ ਨੇ ਈਵਨ ਕਿ ਸਾਰੀਆਂ ਪੁੱਛੀਆਂ ਵੀ ਕਿਹੜੇ ਕਿਹੜੇ ਵੈਜੀਟੇਬਲਸ ਉਗਾਈਆਂ ਗਈਆਂ ਨੇ, ਅਤੇ ਸਾਨੂੰ ਹੋਰ ਵੀ ਸੁਜੈਸ਼ਨ ਦੇ ਕੇ ਗਏ ਨੇ, ਅਸੀਂ ਉਹ ਸੁਜੈਸ਼ਨਸ ਉਹਨਾਂ ਦੀਆਂ ਬੜੀਆਂ ਵਧੀਆ ਲੱਗੀਆਂ, ਉਹਨਾਂ ਦੇ ਅਕੋਰਡਿੰਗ ਅਸੀਂ ਹੋਰ ਵੀ ਪਲਾਂਟਸ ਉੱਥੇ ਗਰੋ ਕਰਾਂਗੇ। ਸੀਜ਼ਨਲ ਜਿਹੜੀਆਂ ਵੈਜੀਟੇਬਲਸ ਨੇ ਉਹ ਸਾਰੀਆਂ ਉਗਾ ਰਹੇ ਹਾਂ, ਅਤੇ ਉਹਨਾਂ ਨੇ ਕੁਛ ਸਾਨੂੰ ਹੋਰ ਸੁਜੈਸ਼ਨ ਦਿੱਤੀਆਂ ਨੇ ਵੀ ਇਹ ਤੁਸੀਂ ਗਰੋ ਕਰੋ, ਉਹ ਵੀ ਅਸੀਂ ਹੁਣ ਉਗਾਵਾਂਗੇ ਜੀ ਅੱਗੇ। ਸ਼ੈੱਡ ਮਤਲਬ ਜਿੱਥੇ ਬੱਚੇ ਬੈਠ ਕੇ ਮਿਡ ਡੇ ਮੀਲ ਦੇ ਦੌਰਾਨ ਖਾਣਾ ਖਾਂਦੇ ਨੇ ਉਹ ਪ੍ਰੋਪਰ ਨਹੀਂ ਹੈ, ਅਤੇ ਉੱਥੇ ਤੁਸੀਂ ਕੁਛ ਫੈਨ ਦੀ ਸਾਡੇ ਕੋਲ ਸ਼ੋਰਟੇਜ ਸੀ, ਤਾਂ ਉਹ ਸਾਡੀ ਮਤਲਬ ਕਿ ਉਹ ਕਹਿ ਕੇ ਗਏ ਨੇ ਵੀ ਉਹ ਪੂਰੀ ਹੋ ਜਾਏਗੀ ਇੱਕ ਅੱਧੇ ਦਿਨ ਦੇ ਵਿੱਚ ਜੀ। ਉਹ ਸਭ ਤੋਂ ਪਹਿਲਾਂ ਸਾਡੇ ਨਾਲ ਉਹਨਾਂ ਨੇ ਖਾਣਾ ਵੀ ਬਹਿ ਕੇ ਖਾਧਾ ਹੈ ਨਾ ਜੀ, ਅਸੀਂ ਉਹਨਾਂ ਨੂੰ ਮਤਲਬ ਸਕੂਲ ਦੀਆਂ ਵੀ ਅਸੀਂ ਨੀਚੇ ਬੈਠ ਕੇ ਖਾਣਾ ਖਾਂਦੇ ਹਾਂ, ਤਾਂ ਸਾਨੂੰ ਬੈਂਚ ਵੀ ਦਿੱਤੇ ਹਨ ਹੈ ਨਾ ਜੀ, ਉਹ ਦੱਸਿਆ ਸਭ ਕੁਛ, ਪ੍ਰੋਬਲਮਸ ਵੀ ਦੱਸਿਆ ਹੈ ਨਾ ਜੀ, ਔਰ ਉਹਨਾਂ ਨੂੰ ਇਹ ਵੀ ਦੱਸਿਆ ਗਿਆ ਵੀ ਇੱਕ ਤਾਂ ਬੈਂਚ ਚਾਹੀਦੇ ਨੇ ਔਰ ਪੱਖਿਆਂ ਦੀ ਪ੍ਰੋਬਲਮ ਵੀ ਦੱਸੀ ਗਈ ਹੈ ਨਾ ਜੀ ਵੀ ਪੱਖੇ ਚਾਹੀਦੇ ਨੇਗੇ ਜੀ। ਔਰ ਉਹਨਾਂ ਨੇ ਸਾਡੇ ਨਾਲ ਸਾਡੇ ਏਮ ਵੀ ਪੁੱਛੇ, ਬਹੁਤ ਗੱਲਾਂ ਵੀ ਕੀਤੀਆਂ ਹੈ ਨਾ ਜੀ, ਸਾਨੂੰ ਵੀ ਬਹੁਤ ਵਧੀਆ ਲੱਗਿਆ। ਉਹਨਾਂ ਨੇ ਸਾਡਾ ਸਭ ਤੋਂ ਪਹਿਲਾਂ ਤਾਂ ਏਮ ਪੁੱਛਿਆ ਹੈ ਨਾ ਜੀ, ਉਸ ਤੋਂ ਬਾਅਦ 'ਚ ਏਮ ਦੇ ਕਾਰਨ ਪੁੱਛੇ ਵੀ ਉਹਦਾ ਕਾਰਨ ਕੀ ਹੈਗਾ, ਔਰ ਕਾਰਨ ਵੀ ਦੱਸੇ ਜੀ ਅਸੀਂ। ਮਤਲਬ ਜਿਹੜਾ ਆਪਣਾ ਪੰਜਾਬ ਹੈਗਾ ਇਹ 'ਚ ਜਿਹੜੀਆਂ ਫਸਲਾਂ ਹੋ ਰਹੀਆਂ ਨੇ ਝੋਨਾ ਹੈ ਨਾ, ਉਹਦੇ ਨਾਲ ਜਿਹੜਾ ਪਾਣੀ ਦਾ ਲੈਵਲ ਹੈ ਉਹ ਬੜਾ ਡਾਊਨ ਜਾ ਰਿਹਾ ਹੈਗਾ, ਜਿਹਦੇ ਲਈ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਜਦ ਅਸੀਂ IAS ਬਣ ਗਏ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਪਾਣੀ ਦਾ ਲੈਵਲ ਉੱਪਰ ਕਰਨ ਲਈ ਹੈ ਨਾ ਕੋਈ ਕੋਸ਼ਿਸ਼ ਕਰਾਂਗੇ, ਸਰਕਾਰ ਨੂੰ ਕਹਾਂਗੇ ਹੈ ਨਾ, ਉਹ ਸਭ ਕੁਛ ਗੱਲਾਂ ਕੀਤੀਆਂ ਜੀ। ਜਦੋਂ ਡੀ ਸੀ ਸਰ ਆਏ ਜੀ ਬਹੁਤ ਚੰਗਾ ਲੱਗਿਆ, ਇੱਕ ਤਾਂ ਉਹ ਸਾਡੇ ਸਕੂਲ ਦੇ ਵਿੱਚ ਆਏ ਅਤੇ ਉਹਨਾਂ ਨੇ ਸਾਡੇ ਪਹਿਲਾਂ ਏਮ ਬਾਰੇ ਪੁੱਛਿਆ ਵੀ ਤੁਸੀਂ ਕੀ ਬਣਨਾ ਚਾਹੁੰਦੇ ਹੋ, ਉਸਦਾ ਕਾਰਨ ਪੁੱਛਿਆ ਅਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਾਨੂੰ ਦੱਸਿਆ ਸਾਨੂੰ। ਜਦ ਉਹ ਸਾਡੇ ਨਾਲ ਬੈਠ ਕੇ ਉਹਨਾਂ ਨੇ ਖਾਣਾ ਖਾਧਾ, ਬਹੁਤ ਚੰਗੀਆਂ ਚੰਗੀਆਂ ਗੱਲਾਂ ਦੱਸੀਆਂ, ਸਾਡੇ ਸਕੂਲ ਦੇ ਵਿੱਚ ਜੋ ਵੀ ਕਮੀ ਪੇਸ਼ੀ ਆ ਉਹਨਾਂ ਵਿੱਚ ਸੁਧਾਰ ਕਰਨ ਬਾਰੇ ਕਿਹਾ। ਹਾਂਜੀ, ਉਹਨਾਂ ਨੇ ਕਿਹਾ ਵੀ ਸਾਨੂੰ ਫਰੂਟ ਮਿਲਿਆ ਕਰਨਗੇ ਹਰ ਰੋਜ਼, ਅਤੇ ਹਰ ਰੋਜ਼ ਹੀ ਮਿਲਿਆ ਕਰਨਗੇ, ਅਤੇ ਉਹ ਕਹਿੰਦੇ ਵੀ ਤੁਹਾਨੂੰ ਹਰ ਰੋਜ਼ ਹੀ ਫਰੂਟ ਮਿਲਿਆ ਕਰਨਗੇ।